ਸਰ ਇੱਦਾਂ ਕਿ ਅਸੀਂ 2-2.5 ਸਾਲ ਤੋਂ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਦੇ ਮੰਡੀਆਂ 'ਚ ਕੰਮ ਕਰਨ ਵਾਲੇ ਜਿੰਨੇ ਵੀ ਮਜ਼ਦੂਰ ਸਾਥੀ ਆ ਸਮੁੱਚੇ ਪੰਜਾਬ ਦੇ 2-2.5 ਸਾਲ ਤੋਂ ਅਸੀਂ ਪੰਜਾਬ ਸਰਕਾਰ ਦੇ ਮਗਰ ਘੁੰਮ ਰਹੇ ਹਾਂ। ਸਾਡੀ ਅਣਸੁਣੀ ਗੱਲ ਹੋ ਰਹੀ ਹੈ। 2011 'ਚ ਬਾਦਲ ਸਰਕਾਰ ਨੇ 25% ਦਾ ਵਾਧਾ ਕੀਤਾ ਸੀ, ਅੱਜ 13 ਸਾਲ ਹੋ ਗਏ, 6 ਮਹੀਨਿਆਂ ਵੱਧੋ ਸਾਡੀ ਮਜ਼ਦੂਰੀ 'ਚ ਵਾਧਾ ਕੀਤਾ ਜਾਂਦਾ 5 ਪੈਸੇ ਜਾਂ 2 ਪੈਸੇ, ਅਤੇ 13 ਸਾਲਾਂ ਵੱਧੋਂ ਅਸੀਂ ਇੱਕ ਤਾਂ 25% ਦਾ ਵਾਧਾ ਮੰਗ ਰਹੇ ਹਾਂ, ਅਤੇ ਦੂਜੀਆਂ ਸਾਡੀਆਂ 2 ਮੰਗਾਂ ਹੋਰ ਦੀਆਂ ਪੰਜਾਬ ਸਰਕਾਰ ਦੇ ਮੂਹਰੇ ਰੱਖੀਆਂ ਮੈਂ ਕਿ ਪੰਜਾਬ ਦੇ ਵਿੱਚ ਮਜ਼ਦੂਰੀ ਬਹੁਤ ਘੱਟ ਹੈ ਅਤੇ ਹਰਿਆਣੇ 'ਚ 2.5 ਰੁਪਏ ਵੱਧ ਹੈ। ਇੱਕ ਤਾਂ ਸਾਡੀ ਉਹ ਜਿਹੜੀ ਪੰਜਾਬ ਦੀ ਮਜ਼ਦੂਰੀ ਹੈ ਇਹ ਹਰਿਆਣੇ ਦੇ ਬਰਾਬਰ ਕੀਤੀ ਜਾਵੇ। ਇੱਕ ਜਿਹੜਾ ਲੋਡਿੰਗ ਦਾ ਰੇਟ ਹੈ ਇਹ ਬਹੁਤ ਘੱਟ ਹੈ। ਪੰਜਾਬ ਦੇ ਵਿੱਚ ਸਾਨੂੰ ਜਿਹੜਾ ਲੋਡਿੰਗ ਮਿਲਦਾ ਕਣਕ ਜਾਂ ਝੋਨਾ 1.80 ਰੁਪਏ ਜਾਂ 90 ਪੈਸੇ, ਹਰਿਆਣੇ 'ਚ ਉਹਦਾ ਰੇਟ 3.20 ਰੁਪਏ। ਇਹ 3 ਮੰਗਾਂ ਦੀਆਂ ਸਾਡੀਆਂ ਮੁੱਖ ਮੰਗਾਂ ਤਾਂ ਕਿ ਸਾਡੀਆਂ ਪੂਰੀਆਂ ਕੀਤੀ ਜਾਣ। ਇਹ ਜਦੋਂ ਸਰਕਾਰ ਨੇ ਕੋਈ ਸਾਡੀ ਗੱਲ ਨਹੀਂ ਸੁਣੀ, 17 ਤਰੀਕ ਨੂੰ ਇੱਕ ਫਿਰੋਜ਼ਪੁਰ ਦੇ ਵਿੱਚ ਮੀਟਿੰਗ ਹੋਈ ਸੀ ਆੜ੍ਹਤੀ ਵਰਗ ਅਤੇ ਲੇਬਰ ਯੂਨੀਅਨ ਸਾਰੀ ਪੰਜਾਬ ਦੀ, ਉੱਥੇ ਇਹ ਫੈਸਲਾ ਕੀਤਾ ਜੀ ਕੁਛ ਮੰਗਾਂ ਨੇ ਆੜ੍ਹਤੀ ਵਰਗ ਦੀਆਂ ਅਤੇ ਸਮੁੱਚੇ ਪੰਜਾਬ ਦੀਆਂ, ਕਿ ਅਗਰ 30 ਤਰੀਕ ਤੱਕ ਇਹ ਆੜ੍ਹਤੀ ਵਰਗ ਦੀਆਂ ਮੰਗਾਂ ਜਾਂ ਪੰਜਾਬ ਦੇ ਸਮੁੱਚੇ ਮਜ਼ਦੂਰ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 1 ਤਰੀਕ 'ਤੇ ਸਮੁੱਚਾ ਪੰਜਾਬ ਮਜ਼ਦੂਰ ਤਬਕਾ ਸਾਰਾ ਹੀ ਅਤੇ ਸਾਰਾ ਆੜ੍ਹਤੀ ਵਰਗ ਹੜਤਾਲ 'ਤੇ ਜਾਏਗਾ। ਕੱਲ੍ਹ ਚੰਡੀਗੜ੍ਹ ਸਾਡੇ ਰਾਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ, ਉਹਨਾਂ ਦੀ ਸਮੁੱਚੀ ਟੀਮ ਉੱਥੇ ਗਈ ਸੀ ਅਤੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਯਾਰ ਵਿਜੇ ਕਾਲੜਾ ਜੀ, ਇਹਨਾਂ ਦੀ ਸਮੁੱਚੀ ਟੀਮ ਉੱਥੇ ਚੰਡੀਗੜ੍ਹ 'ਚ ਪੁੱਜੀ ਸੀ ਅਤੇ ਉੱਥੇ ਉਹਨਾਂ ਨੇ ਮੰਤਰੀਆਂ ਨੇ ਸਿਰਫ ਲੋਲੀਪੋਪ ਹੀ ਦਿੱਤਾ, ਸਵੇਰ ਅਤੇ ਸ਼ਾਮ ਤੱਕ ਉਹਨਾਂ ਨੂੰ ਬਿਠਾ ਕੇ ਰੱਖਿਆ, ਲਾਰੇ 'ਤੇ ਲਾਰਾ ਲਾਈ ਗਏ, ਹੁਣ ਮੰਤਰੀ ਸਾਹਿਬ ਆ ਰਹੇ ਨੇ, ਹੁਣ ਭਗਵੰਤ ਮਾਨ ਕਦੇ ਕਦੇ 3 ਵਜੇ ਭਗਵੰਤ ਮਾਨ ਨਾਲ ਮੀਟਿੰਗ ਹੈ, ਕਦੇ ਕਦੇ 5 ਵਜੇ ਭਗਵੰਤ ਮਾਨ ਨਾਲ ਮੀਟਿੰਗ ਹੈ, ਲਾਸਟ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਨਹੀਂ ਹੋ ਸਕੀ, ਲਾਸਟ 6-7 ਵਜੇ ਹਾਰ ਕੇ ਥੱਕ ਕੇ ਉਹ ਵਾਪਸ, ਮਜ਼ਦੂਰ ਸਾਥੀ ਵੀ ਔਰ ਆੜ੍ਹਤੀ ਵਰਗ ਵੀ ਸਾਰਾ ਸਮੁੱਚਾ ਪੰਜਾਬ ਦਾ ਘਰਾਂ ਨੂੰ ਵਾਪਸ ਮੁੜ ਕੇ ਆ ਗਏ। ਜਿੱਦਾਂ ਕਿ ਮਾੜੀ ਮੋਟੀ ਜਿਹੜੀ ਕੋਈ ਫਸਲ ਆਉਣੀ ਸ਼ੁਰੂ ਹੋ ਗਈ ਹੈ, ਕਿਸਾਨਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ? ਕਿਸਾਨਾਂ ਨੂੰ ਤਾਂ ਬਹੁਤ ਮੁਸ਼ਕਿਲ ਦਾ ਕਰਨਾ ਪਿਆ ਕਿ ਝੋਨੇ ਦਾ ਸੀਜ਼ਨ ਪੂਰੇ ਜ਼ੋਰ 'ਤੇ ਤਿਆਰ ਹੈਗਾ, ਲੇਕਿਨ ਸਾਡੀ ਇਹਦੇ 'ਚ ਇੱਕ ਮਜਬੂਰੀ ਹੈ, ਅਸੀਂ ਕਿਸਾਨ ਹਸਤੈਸ਼ੀ ਨਹੀਂ ਹੈਗੇ, ਅਸੀਂ ਕਿਸਾਨ ਨੂੰ ਦੁਖੀ ਨਹੀਂ ਕਰ ਸਕਦੇ ਕਿਉਂ ਕਿਸਾਨ ਇੱਕ ਅੰਨਦਾਤਾ ਹੈ, ਉਹਦੇ ਸਿਰ 'ਤੇ ਸਾਡੀ ਵੀ ਰੋਟੀ ਰੋਜੀ ਚੱਲਦੀ ਹੈ, ਉਹਦੇ ਸਿਰ 'ਤੇ ਆੜ੍ਹਤੀ ਵਰਗ ਦੀ ਵੀ ਰੋਟੀ ਚੱਲਦੀ ਹੈ, ਪਰ ਸਾਡੀ ਮਜਬੂਰੀ ਹੈ, ਸਾਡੀ ਜਿਹੜੀ ਮਜ਼ਦੂਰੀ ਹੈ ਇਹ ਮੰਡੀ ਬੋਰਡ ਤੋਂ ਤੈਅ ਹੋ ਕੇ ਕੀਤੀ ਜਾਂਦੀ ਹੈ, ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਮੰਡੀ ਬੋਰਡ ਜਿਹੜਾ ਮਜ਼ਦੂਰੀ ਹੈ ਉਹ ਸਾਡਾ 25% ਦਾ ਵਾਧਾ ਕਰ ਦੇਵੇ ਜਾਂ ਹਰਿਆਣੇ ਨਾਲ, ਅਤੇ ਜੋ ਸਾਡੀ ਪੰਜਾਬ ਦੀ ਮਜ਼ਦੂਰੀ ਘੱਟ ਹੈ ਹਰਿਆਣੇ ਨਾਲ ਮਿਲਾ ਦੇਵੇ, ਅਤੇ ਅਸੀਂ ਇਸ ਕੰਮ ਕਰਨ ਲਈ ਤਿਆਰ ਹਾਂ ਸਾਰੇ ਸਮੁੱਚੇ ਪੰਜਾਬ ਦਾ ਮਜ਼ਦੂਰ। ਜੇ ਤੁਹਾਡੀ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਅੱਗੇ ਤੁਸੀਂ ਕੀ ਰਣਨੀਤੀ ਬਣਾਉਂਦੇ? ਅਗਰ ਸਰਕਾਰ ਸਾਡੇ ਸਮੁੱਚੇ ਪੰਜਾਬ ਦੀਆਂ ਆੜ੍ਹਤੀ ਵਰਗ ਦੀ ਜਾਂ ਸਮੁੱਚੇ ਪੰਜਾਬ ਮਜ਼ਦੂਰ ਸਾਥੀਆਂ ਦੀ ਅਗਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਅਗਲੇ ਵਾਰੇ ਤੋਂ 2 ਦਿਨ ਦਾ ਵੇਟ ਕਰਕੇ ਸੜਕਾਂ ਵੀ ਜਾਮ ਕਰਾਂਗੇ ਅਤੇ ਰੇਲ ਗੱਡੀਆਂ ਵੀ ਜਾਮ ਕਰਾਂਗੇ ਤੁਹਾਡੇ ਮਾਧਿਅਮ 'ਤੇ। ਮੈਂ ਇੱਕ ਸਮੁੱਚੇ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ, ਦਰਸ਼ਨ ਲਾਲ ਚੇਅਰਮੈਨ ਪੰਜਾਬ, ਕਿ ਸਮੁੱਚੇ ਪੰਜਾਬ ਦੇ ਮਜ਼ਦੂਰ ਬਹਾਦਰੋ ਸਾਥੀਓ ਡਟ ਕੇ ਅੜੇ ਰਹੋ, ਇਹ ਸਰਕਾਰਾਂ ਨੇ ਇੱਦਾਂ ਨਹੀਂ ਪੈਸੇ ਦੇਣੇ, ਇਹਨਾਂ ਦੀ ਧੌਣ 'ਤੇ ਗੋਡਾ ਰੱਖਣਾ ਹੀ ਪੈਣਾ। ਜਦੋਂ ਤੱਕ ਤੁਸੀਂ ਸਾਥੀਓ ਇਹਨਾਂ ਦਾ ਸਾਥ ਨਹੀਂ ਛੱਡੋਗੇ ਨਾ, ਅੜੇ ਰਹੋ ਸਮੁੱਚੇ ਪੰਜਾਬ ਦਾ, ਜਦੋਂ ਤੱਕ ਮਜ਼ਦੂਰੀ ਨਹੀਂ ਵਧੇਗੀ ਉਦੋਂ ਤੱਕ ਆਪਾਂ ਨੇ ਹੜਤਾਲ ਨਹੀਂ ਖੋਲ੍ਹੀ। ਆਹ ਵੀ ਜਿਹੜਾ 40 ਪੈਸੇ ਸਰਕਾਰ ਨੇ ਸਾਨੂੰ ਦਿੱਤਾ, ਇਹ ਵੀ ਲੋਲੀਪੋਪ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਅੱਜ ਤੋਂ 2 ਸਾਲ ਪਹਿਲਾਂ 25% ਦਾ ਵਾਧਾ ਕਹਿ ਦਿੱਤਾ ਸੀ, ਉਹ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈਗਾ, ਅਤੇ ਆਹ 40 ਪੈਸੇ ਜੋ ਸਰਕਾਰ ਨੇ ਬੋਲੇ ਨੇ ਇਹਦਾ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਣਾ। ਇਹ ਵੀ ਸਾਨੂੰ ਇੱਕ ਗੋਲਮ ਗੱਲ ਇਹ ਕੀਤੀ ਕਿ ਮਜ਼ਦੂਰਾਂ ਨੂੰ ਭੁਲੇਖੇ 'ਚ ਲੈ ਕੇ ਇਹਨਾਂ ਨੂੰ ਕੰਮ 'ਤੇ ਲਾ ਦਈਏ। ਸੋ ਸਾਥੀਓ ਸਮੁੱਚੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਦੇ ਲੋਲੀਪੋਪ ਦੀ ਗੱਲਾਂ 'ਚ ਨਹੀਂ ਆਉਣਾ, ਆਪਾਂ ਨੇ ਜਦੋਂ ਤੱਕ ਆਪਣੀ ਮਜ਼ਦੂਰੀ ਵੱਧ ਕੇ ਮੰਡੀ ਬੋਰਡ ਤੋਂ ਨੋਟੀਫਿਕੇਸ਼ਨ ਜਾਰੀ ਹੋ ਕੇ ਮਾਰਕੀਟ ਕਮੇਟੀਆਂ ਚਿੱਠੀਆਂ ਨਹੀਂ ਆਉਂਦੀਆਂ ਉਦੋਂ ਤੱਕ ਆਪਾਂ ਮੁਕੰਮਲ ਪੰਜਾਬ ਸਮੁੱਚਾ ਬੰਦ ਕਰਕੇ ਰੱਖਣਾ। ਮੰਡੀਆਂ 'ਚ ਜੋ ਸਾਡੇ ਵੱਲੋਂ ਪ੍ਰਬੰਧ ਕੀਤੇ ਜਾਂਦੇ ਨੇ, ਬਿਜਲੀ, ਛਾਂ, ਪਾਣੀ, ਇਹ ਸਾਰੇ ਪ੍ਰਬੰਧ ਮੁਕੰਮਲ ਨੇ।
ਅਤੇ ਗੇਟਾਂ 'ਤੇ ਸਾਡੇ ਬੰਦੇ ਬੈਠੇ ਨੇ ਇਸ ਵੇਲੇ ਮੰਡੀਆਂ ਵਿੱਚ ਜੋ ਵੀ ਜ਼ਿਮੀਦਾਰ ਕੋਈ ਫਸਲ ਲੈ ਕੇ ਆਊਗਾ ਅਸੀਂ ਕਿਸੇ ਕਿਸਮ ਦੀ ਉਹਨਾਂ ਨੂੰ ਮੁਸ਼ਕਲ ਪੇਸ਼ ਨਹੀਂ ਆਉਣ ਦੇਵਾਂਗੇ। ਖੰਨੇ ਸਾਡੇ 5 ਖਰੀਦ ਕੇਂਦਰ ਨੇ ਜੀ ਟੋਟਲ, ਅਤੇ ਸਾਰਿਆਂ 'ਚ ਅਸੀਂ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ। ਝੋਨੇ ਦਾ ਭਾਅ ਜੀ 2320 ਰੁਪਏ ਇਸ ਵਾਰ, ਪਿਛਲੇ ਸਾਲ ਨਾਲੋਂ ਵਧਾਇਆ ਸਰਕਾਰ ਨੇ 80 ਰੁਪਏ। ਜਿਹੜਾ ਫਾਈਨ ਹੈ ਜੀ ਉਹਦਾ 2320 ਰੁਪਏ ਰੇਟ ਰੱਖਿਆ ਸਰਕਾਰ ਨੇ ਇਸ ਵਾਰ। ਸਾਨੂੰ ਉਮੀਦ ਹੈ ਵੀ ਜਿਹੜੇ ਸਰਕਾਰ ਲੈਵਲ 'ਤੇ ਇਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਾਰੇ ਸ਼ੈਲਰ ਮਾਲਕਾਂ ਦੀਆਂ, ਆੜ੍ਹਤੀ ਸਾਹਿਬਾਂ ਅਤੇ ਪੱਲੇਦਾਰਾਂ ਦੀਆਂ, ਅੱਜ ਸ਼ਾਮ ਤੱਕ ਸਾਨੂੰ ਉਮੀਦ ਹੈ ਅਤੇ ਜਦੋਂ ਵੀ ਇਹਦਾ ਹੱਲ ਹੁੰਦਾ ਅਸੀਂ ਉਸੇ ਵੇਲੇ ਖਰੀਦ ਸ਼ੁਰੂ ਕਰਵਾ ਦੇਵਾਂਗੇ ਜੀ। ਅਤੇ ਨਾਲੇ ਮੈਂ ਜ਼ਿਮੀਦਾਰ ਭਰਾ ਵੇ ਇਹਨਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜਾ ਝੋਨਾ ਹੈ ਇਹ ਸੁੱਕਾ ਲੈ ਕੇ ਆਉਣ ਮੰਡੀ ਦੇ ਵਿੱਚ, 17% ਨਮੀ ਤੋਂ ਵੱਧ ਜਿਹੜਾ ਝੋਨਾ ਹੈ ਉਹ ਅਸੀਂ ਮੰਡੀ ਵਿੱਚ ਨਹੀਂ ਆਉਣ ਦੇਵਾਂਗੇ।